ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਆਸਟ੍ਰੇਲੀਆ ਚੋਂ ਰਹਿਦੀ ਕੁੜੀ ਨੇ ਕੀਤਾ ਵੱਡਾ ਕੰਮ ਸੋ ਤੁਹਾਡੇ ਨਾਲ ਪੂਰੀ ਖਬਰ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਕੁਰਬਾਨੀ ਦਿੱਤੀ ਆ ਕੁੜੀ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜज्ਬਾ ਕੁੜੀ ਦਾ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਧਰਨੇ ਵਾਲੇ ਵੀਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਪੰਜਾਬੀ ਅਤੇ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਆਸਟ੍ਰੇਲੀਆ ਦੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੇ ਵੱਲੋਂ ਅਸਮਾਨ ਤੋਂ ਹਜ਼ਾਰਾਂ ਫੁੱਟ ਤੋਂ ਸ਼ਾਅ ਲਗਾਈਗੀ ਦੱਸਦੀ ਹੈ ਬਲਜੀਤ ਕੌਰ ਨਾਂ ਦੀ ਇਹ ਲੜਕੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਮਾਸਟਰਸ ਦੀ ਪੜ੍ਹਾਈ ਕਰ ਰਹੀ ਹੈ 2017 ਦੇ ਵਿੱਚ ਆਸਟ੍ਰੇਲੀਆ ਚੋਂ ਪੜਨ ਆਈ ਸੀ ਕਿਸਾਨਾਂ ਦੇ ਹੱਕਾਂ ਵਿੱਚ ਉਹ ਸੈਂਟ ਕਿਲਡਾ ਨੇੜੇ ਸਕਾਈ ਡਿਵਾਈਡ ਤੇ ਗਈ ਉਸਨੇ ਖਾਸ ਕਿਸਮ ਦੇ ਕੱਪੜੇ ਪੈਨੇ ਸਨ ਜਿਨ੍ਹਾਂ ਦੇ ਉੱਪਰ ਕਿਸਾਨਾਂ ਦੇ ਹੱਕਾਂ ਦੇ ਵਿੱਚ ਸਮਰਥਨ ਦਰਸਾਉਂਦਾ ਸੀ ਉਹ ਭਾਰਤ ਸਰਕਾਰ ਦੇ ਖੇਤੀ ਦੇ ਕਾਲੇ ਕਾਨੂੰਨਾਂ ਤੋਂ ਖਾਫੀ ਔਕੀ ਸੀ ਉਸਨੇ ਇਸ ਤੋਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਦਿੱਲੀ ਦੇ ਵਿੱਚ ਕੜਾਕੇ ਦੀ ਸਰਦੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਹਨ ਬਲਜੀਤ ਕੌਰ ਨੇ ਆਖਿਆ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵੱਖਰੇ ਤੌਰ ਤੇ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ 15000 ਫੁੱਟ ਤੋਂ ਛਾਲ ਲਾਉਣ ਦੇ ਬਾਰੇ ਸੋਚਿਆ ਕਿਉਂਕਿ ਸਰਕਾਰਾਂ ਨੂੰ 800 ਹੇਠਾਂ ਤੋਂ ਲੋਕ ਦਿਸਦੇ ਨਹੀਂ ਪਰ ਮੈਂ ਅਸਮਾਨ ਤੋਂ ਛਾਲ ਲਗਾ ਕੇ ਦੱਸਣਾ ਚਾਹੁੰਦੀ ਸੀ ਕਿ ਪੰਜਾਬੀ ਆਪਣਾ ਹੱਕ ਲੈਣ ਦੇ ਲਈ ਕੁਝ ਵੀ ਕਰ ਸਕਦੇ ਨੇ ਸੋ ਦੋਸਤੋ ਤੁਸੀਂ ਕੁੜੀ ਦੀ ਫੋਟੋ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜੀ ਸੋ ਇਸ ਕੁੜੀ ਨੇ ਬਹੁਤ ਹੀ ਵਧੀਆ ਕਪੜੇ ਪਾਏ ਹੋਏ ਸਨ ਜਿਨ੍ਹਾਂ ਦੇ ਉੱਪਰ ਕਿਸਾਨਾਂ ਦੇ ਸਮਰਥਨ ਵਿੱਚ ਨਾਰੇ ਲਿਖੇ ਸਨ ਔਰ ਉਸਨੇ 15000 ਫੁੱਟ ਉਪਰੋਂ ਛਾਲ ਮਾਰ ਦਿੱਤੀ ਆ ਕਿਉਂਕਿ ਉਹਦਾ ਕਹਿਣਾ ਹੈ ਕਿ ਜਿਹੜੇ ਲੀਡਰ ਨੇ ਸਾਡੇ ਦੇਸ਼ ਦੇ ਉਹਨਾਂ ਨੂੰ ਥੱਲੇ ਪ੍ਰਦਰਸ਼ਨ ਕਰ ਰਹੇ ਲੋਕ ਦਿਸਦੇ ਨਹੀਂ ਇਸ ਕਰਕੇ ਮੈਂ ਅਸਮਾਨ ਤੋਂ ਛਾਲ ਮਾਰ ਲਈ ਉਸਨੇ ਕਿਹਾ ਜੀ ਜਹਾਜ਼ ਤੋਂ ਛਾਲ ਲਗਾਉਣ ਦਾ ਤਾਂ ਬਹੁਤ ਔਖਾ ਕੰਮ ਹੈ ਪਰ ਮੈਂ ਤਾਂ ਆਪਣੇ ਇਨਸਟ੍ਰਕਟਰ ਦੇ ਨਾਲ ਹੀ ਜਿਸ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਬਚਾ ਲਵੇਗਾ ਬਲਜੀਤ ਸੋਕਰ ਨੇ ਦੱਸਿਆ ਕਿ ਇਹ ਬਹੁਤ ਮਹਿੰਗਾ ਤੇ ਰਿਸਕ ਵਾਲਾ ਕੰਮ ਸੀ ਕਿਉਂਕਿ ਮੈਂ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਸੀ ਪਰ ਮੈਂ ਭਾਰਤ ਸਰਕਾਰ ਦੇ ਇਸ ਕਾਨੂੰਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਵਿਰੋਧੀ ਹਾਂ ਉਹਨਾਂ ਨੇ ਕਿਹਾ ਜੀ ਮੇਰੇ ਪਿਤਾ ਜੀ ਵੀ ਕਿਸਾਨ ਹਨ ਉਸਨੇ ਕਿਹਾ ਕਿ ਇਹ ਸਭ ਔਖਾ ਬਹੁਤ ਸੀ ਮੇਰੇ ਲਈ ਸੌਖਾ ਨਹੀਂ ਸੀ ਪਰ ਮੇਰੇ ਤੋਂ ਕਿਸਾਨਾਂ ਦਾ ਦੁੱਖ ਜਰਿਆ ਨਹੀਂ ਜਾਂਦਾ ਦੱਸਦੀਏ ਬਲਜੀਤ ਕੌਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁੜਕਾ ਦੀ ਰਹਿਣ ਵਾਲੀ ਕੁੜੀ ਆ ਦੋਸਤੋ ਤੁਹਾਡੀ ਕੀ ਰਾਇ ਆ ਜੀ ਇਸ ਭੈਣ ਦੇ ਲਈ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਜੀ ਇਸ ਭੈਣ ਦੇ ਲਈ ਦੋ ਸ਼ਬਦ ਤੁਸੀਂ ਜ਼ਰੂਰ ਲਿਖੋ ਜਿਸ ਨੇ 15000 ਫੁੱਟ ਉੱਚੀ ਛਾਲ ਮਾਰੀ ਆ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਉਸ ਤੋਂ ਕਿਸਾਨਾਂ ਦਾ ਦੁੱਖ ਦੇਖਿਆ ਨਹੀਂ ਗਿਆ